ਅੱਜ ਪੰਜਾਬ ਭਵਨ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਅਚਨਚੇਤ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਸੱਦੀ। ਪ੍ਰੈਸ ਕਾਨਫਰੰਸ ਸੱਦਣ ਦਾ ਕਾਰਨ ਇਹ ਸੀਗਾ ਕਿ ਇਸ ਵਾਰ ਯਾਨੀ ਕਿ 2024 ਦੇ ਵਿੱਚ 26 ਜਨਵਰੀ ਵਾਲੇ ਦਿਨ ਪੰਜਾਬ ਦੀ ਜਿਹੜੀ ਝਾਕੀ ਆ ਉਹ ਐਤਕੀ ਫੇਰ ਗਾਇਬ ਰਹੇਗੀ। ਇਸ ਲਈ ਪੰਜਾਬ ਸਰਕਾਰ ਨੇ 3 ਅਗਸਤ 2023 ਨੂੰ ਸੈਂਟਰ ਨੂੰ ਪ੍ਰਪੋਜ਼ਲ ਭੇਜ ਦਿੱਤਾ ਸੀਗਾ। ਸੈਂਟਰ ਨੇ ਦੱਸਿਆ ਸੀਗਾ ਕਿ ਇਸ ਵਾਰ ਝਾਕੀਆਂ ਦਾ ਜਿਹੜਾ ਥੀਮ ਹੈ ਉਹ ਨਾਰੀ ਸ਼ਕਤੀਕਰਨ 'ਤੇ ਰਹੇਗਾ, ਜਿਸ ਤਹਿਤ ਪੰਜਾਬ ਸਰਕਾਰ ਨੇ 3 ਮਾਡਲ ਜਿਹੜੇ ਆ ਉਹਨਾਂ ਨੂੰ ਬਣਾ ਕੇ ਭੇਜੇ ਸੀਗੇ ਕਿ ਤੁਸੀਂ ਇਹਨਾਂ 3 ਮਾਡਲਸ ਦੇ ਵਿੱਚੋਂ ਕੋਈ ਵੀ ਇੱਕ ਮਾਡਲ ਸਿਲੈਕਟ ਕਰ ਸਕਦੇ ਹੋ। ਇੱਥੇ ਹੀ ਨਹੀਂ, ਪੰਜਾਬ ਸਰਕਾਰ ਨੇ ਜਿਹੜੇ 3 ਮਾਡਲ ਭੇਜੇ ਉਹਨਾਂ ਦੇ ਵੀ 2 ਅੱਗੋਂ ਸਬ ਮਾਡਲ ਭੇਜੇ ਸੀਗੇ, ਯਾਨੀ ਕਿ 3 ਮਾਡਲਸ ਦੇ 2 ਡਿਜ਼ਾਈਨ ਭੇਜੇ ਸੀ, ਯਾਨੀ ਕਿ 6 ਡਿਜ਼ਾਈਨ ਜਿਹੜੇ ਆ ਉਹ ਭੇਜੇ ਗਏ ਸੀ ਕੇਂਦਰ ਸਰਕਾਰ ਨੂੰ ਕਿ ਤੁਸੀਂ ਇਹਨਾਂ 6 ਡਿਜ਼ਾਈਨਸ ਦੇ ਵਿੱਚੋਂ ਕੋਈ ਇੱਕ ਡਿਜ਼ਾਈਨ ਜਿਹੜਾ ਉਹਨੂੰ ਫਾਈਨਲ ਕਰ ਦਿਓ ਅਤੇ ਉਹ ਜਿਹੜੀ ਝਾਕੀ ਹੈ 26 ਜਨਵਰੀ ਦੇ ਵਾਲੇ ਦਿਨ ਰਿਪਬਲਿਕ ਡੇ ਵਾਲੇ ਦਿਨ ਜਿਹੜੀ ਕੱਢੀ ਜਾਵੇਗੀ। ਪਰ ਕੇਂਦਰ ਸਰਕਾਰ ਨੇ ਜਿਹੜਾ ਇਹਨੂੰ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਸੀ, ਹਾਲਾਂਕਿ ਪੰਜਾਬ ਸਰਕਾਰ ਨੇ ਜਦੋਂ 3 ਅਗਸਤ 2023 ਨੂੰ ਇਹ ਭੇਜੀ ਸੀਗੀ ਚਿੱਠੀ, ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਸੀਗੀ ਕਿ ਅਸੀਂ ਆਉਣ ਵਾਲੇ ਅਗਲੇ 3 ਸਾਲਾਂ ਤੱਕ ਇਹਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦੇ ਹਾਂ ਅਤੇ ਸਾਡੀ ਜਿਹੜੀ ਆ ਉਹ ਜਗ੍ਹਾ ਰੱਖੀ ਜਾਵੇ, ਸਾਨੂੰ ਜਿਹੜਾ ਇਸ ਪਰੇਡ ਦੇ ਵਿੱਚ ਮੌਕਾ ਦਿੱਤਾ ਜਾਵੇ। ਪਰ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਜਿਹੜਾ ਉਹ ਮੌਕਾ ਨਹੀਂ ਦਿੱਤਾ। ਇਹ 'ਤੇ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਆ, ਕਿਸੇ ਵੇਲੇ ਸਾਡੇ ਫੰਡ ਰੋਕ ਲੈਂਦੇ ਨੇ, ਕਿਸੇ ਵੇਲੇ ਸਾਡੇ ਜਿਹੜੇ ਆ ਉਹ ਕੋਈ ਮਸਲੇ ਆ ਉਹਨਾਂ ਨੂੰ ਹੱਲ ਨਹੀਂ ਕੀਤਾ ਜਾਂਦਾ, ਸਾਨੂੰ ਨਿੱਕੀ ਨਿੱਕੀ ਗੱਲ ਦੇ ਉੱਤੇ ਜਿਹੜਾ ਉਹ ਸੁਪਰੀਮ ਕੋਰਟ ਦਾ ਰੁੱਖ ਕਰਨਾ ਪੈਂਦਾ, ਬਾਅਦ 'ਚੋਂ ਸੁਪਰੀਮ ਕੋਰਟ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਜਿਹੜੇ ਖਰਚ ਹੋ ਜਾਂਦੇ ਆ ਵਕੀਲਾਂ ਦੇ ਉੱਤੇ, ਉਹਨਾਂ ਦੀ ਫੀਸ ਦੇ ਉੱਤੇ, ਅਤੇ ਬਾਅਦ 'ਚੋਂ ਮਾਨਯੋਗ ਸੁਪਰੀਮ ਕੋਰਟ ਜਿਹੜਾ ਉਹ ਸਾਡੀ ਗੱਲ ਮੰਨ ਲੈਂਦਾ, ਸਾਡੇ ਨਾਲ ਇੱਦਾਂ ਕਿਉਂ ਕੀਤਾ ਜਾ ਰਿਹਾ। ਔਰ ਐਤਕੀ ਤਾਂ ਉਹਨਾਂ ਨੇ ਇਹ ਗੱਲ ਆਖੀ ਵੀ ਜਦੋਂ ਅਸੀਂ ਅਗਸਤ ਮਹੀਨੇ ਦੇ ਵਿੱਚ ਹੀ ਇਹ ਗੱਲ ਸੈਂਟਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਦੱਸ ਦਿੱਤੀ ਸੀਗੀ ਕਿ ਅਸੀਂ ਆਉਣ ਵਾਲੇ 3 ਸਾਲਾਂ ਤੱਕ ਪਾਰਟਿਸਪੇਟ ਕਰਨਾ ਚਾਹੁੰਦੇ ਹਾਂ, ਉਹਦੇ ਬਾਵਜੂਦ ਸਾਨੂੰ ਇਗਨੋਰ ਕਿਉਂ ਕੀਤਾ ਗਿਆ, ਸਾਨੂੰ ਕਿਉਂ ਬਾਹਰ ਰੱਖਿਆ ਗਿਆ। ਇੱਦਾਂ ਕਰਕੇ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਦੇ ਨਾਲ ਇੱਕ ਵਿਤਕਰਾ ਕਰ ਰਹੀ ਹੈ। ਉਹਨਾਂ ਨੂੰ ਇੱਦਾਂ ਲੱਗਦਾ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਕਿਉਂਕਿ ਇਹਨੂੰ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ, ਇਹਨਾਂ ਨੂੰ ਤੰਗ ਕੀਤਾ ਜਾਵੇ। ਭਗਵੰਤ ਮਾਨ ਨੇ ਇਹਦੇ ਨਾਲ ਹੀ ਕਈ ਹਵਾਲੇ ਵੀ ਦਿੱਤੇ। ਉਹਨਾਂ ਨੇ ਕਿਹਾ ਵੀ ਜਿੱਥੇ ਜਿੱਥੇ ਨੌਨ ਬੀਜੇਪੀ ਗਵਰਨਮੈਂਟ ਹੈਗੀ ਹੈ ਭਾਰਤ ਦੇ ਵਿੱਚ, ਉੱਥੇ ਉੱਥੇ ਇਹੋ ਹਾਲ ਹੈ। ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹ ਤਕਰੀਬਨ ਹੀ ਸੁਪਰੀਮ ਕੋਰਟ 'ਚ ਰਹਿੰਦੇ ਆ, ਕਿਸੇ ਨਾ ਕਿਸੇ ਬਿੱਲ ਨੂੰ ਲੈ ਕੇ, ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਹੈ ਜਾਂ ਉਹਨਾਂ ਦੇ ਜਿਹੜੇ ਵਕੀਲਾਂ ਦੀ ਟੀਮ ਹੈ ਜਾਂ ਜਿਹੜੇ ਉਹਨਾਂ ਦੇ ਲੀਗਲ ਕਾਉਂਸਲ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਹੀ ਰਹਿੰਦੇ ਆ। ਕਦੇ ਸਾਨੂੰ ਗਵਰਨਰ ਜਿਹੜੇ ਆ ਉਹ ਤੰਗ ਕਰਦੇ ਆ, ਕਦੇ ਸਾਨੂੰ ਕੇਂਦਰ ਸਰਕਾਰ ਜਿਹੜੀ ਆ ਉਹ ਤੰਗ ਕਰਦੀ ਆ। ਹਾਲੇ 28 ਦਸੰਬਰ ਵਾਲੇ ਦਿਨ, ਅੱਜ ਤੋਂ 2 ਦਿਨ ਬਾਅਦ ਜਿਹੜਾ ਇਹ ਪਾਣੀਆਂ ਦੇ ਮੁੱਦੇ 'ਤੇ ਵੀ ਗੱਲ ਹੋਣੀ ਆ, 28 ਤਰੀਕ ਨੂੰ, 28 ਦਸੰਬਰ ਨੂੰ ਇਹ ਪਾਣੀਆਂ ਦੇ ਮੁੱਦੇ ਉੱਤੇ ਵੀ ਚਰਚਾ ਹੋਣੀ ਆ। ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਹੋਣਗੇ, ਹਰਿਆਣਾ ਦੇ ਮੁੱਖ ਮੰਤਰੀ ਹੋਣਗੇ ਅਤੇ ਸੈਂਟਰ ਤੋਂ ਕੇਂਦਰ ਤੋਂ ਜਲ ਸਰੋਤ ਮੰਤਰੀ ਵੀ ਹੋਣਗੇ। ਹੁਣ ਉੱਥੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਹੋਵੇਗੀ। ਪਰ ਅੱਜ ਜਿੱਥੇ ਭਗਵੰਤ ਮਾਨ ਹੋਣਾ ਨੇ ਤਿੱਖੇ ਇਲਜ਼ਾਮ ਜਿਹੜੇ ਆ ਉਹ ਕੇਂਦਰ ਸਰਕਾਰ 'ਤੇ ਲਗਾਏ ਕਿ ਅਗਰ ਨਾਰੀ ਸਸ਼ਕਤੀਕਰਨ ਦਾ ਜਿਹੜਾ ਉਹ ਥੀਮ ਸੀਗਾ, ਅਗਰ ਵੁਮੈਨ ਇੰਪਾਵਰਮੈਂਟ ਦਾ ਜਿਹੜਾ ਉਹ ਥੀਮ ਸੀਗਾ, ਤਾਂ ਅਸੀਂ ਤਾਂ ਕਹਿੰਦੇ ਮਾਈ ਭਾਗੋ ਹੋਣਾ ਦੀਆਂ ਜਿਹੜੀਆਂ ਉਹ 2 ਤੁਹਾਨੂੰ ਡਿਜ਼ਾਈਨ ਭੇਜੇ ਸੀਗੇ ਕਿ ਅਸੀਂ ਇਸ ਕਦਰ ਵੀ ਡਿਜ਼ਾਈਨ ਕਰ ਸਕਦੇ ਹਾਂ ਆਪਣੀਆਂ ਝਾਕੀਆਂ ਨੂੰ, ਉਹਦੇ ਬਾਵਜੂਦ ਜਿਹੜਾ ਤੁਸੀਂ ਸਾਨੂੰ ਥੀਮ ਦਿੱਤਾ, ਅਸੀਂ ਉਹਦੇ ਨਾਲ ਰਲਦੇ ਮਿਲਦੇ ਤੁਹਾਨੂੰ 2 ਡਿਜ਼ਾਈਨ ਭੇਜੇ ਆ, ਤੁਸੀਂ ਉਹਦੇ ਬਾਵਜੂਦ ਵੀ ਸਾਨੂੰ ਇਗਨੋਰ ਕੀਤਾ। ਹੁਣ ਜਿੱਥੇ ਭਗਵੰਤ ਮਾਨ ਵੱਡੇ ਇਲਜ਼ਾਮ ਲਗਾ ਰਹੇ ਨੇ, ਉੱਥੇ ਭਾਜਪਾ ਦੇ ਲੀਡਰ ਇਹ ਕਹਿ ਰਹੇ ਆ ਕਿ ਇਹ ਕੋਈ ਟੈਕਨੀਕਲ ਇਸ਼ੂ ਹੈ,
ਇਸੇ ਤਰ੍ਹਾਂ ਅਸੀਂ ਹਰਿਆਣਾ ਨੂੰ ਵੀ ਇਗਨੋਰ ਕੀਤਾ, ਰਾਜਸਥਾਨ ਨੂੰ ਵੀ ਕੀਤਾ। ਪਰ ਗੱਲ ਤਾਂ ਇਹ ਹੈ ਕਿ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਇਹ ਕਹਿੰਦੇ ਆ ਵੀ ਉਹਨਾਂ ਦਾ ਸਿੱਖਾਂ ਦੇ ਨਾਲ ਬਹੁਤ ਖਾਸਾ ਪਿਆਰ ਹੈ, ਔਰ ਵਿਮੈਨ ਇੰਪਾਵਰਮੈਂਟ ਦੇ ਉੱਤੇ 26 ਜਨਵਰੀ ਵਾਲੇ ਦਿਨ ਜਿਹੜਾ ਇਹ ਝਾਕੀਆਂ ਕੱਢੀਆਂ ਜਾਣੀਆਂ, ਔਰ ਮਾਈ ਭਾਗੋ ਜਿਹੜੇ ਨੇ ਉਹ ਇਹਦੀ ਇੱਕ ਬਹੁਤ ਬੇਮਿਸਾਲ ਜਿਹੜੀ ਹੈ ਉਹ ਉਦਾਹਰਣ ਨੇ। ਉਹਦੇ ਬਾਵਜੂਦ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੀਆਂ ਝਾਕੀਆਂ ਨੂੰ ਰੱਦ ਕਰ ਦਿੱਤਾ। ਭਗਵੰਤ ਮਾਨ ਹੋਣਾ ਦਾ ਗੁੱਸਾ ਕਿਤੇ ਕਿਤੇ ਜਾਇਜ਼ ਵੀ ਹੈ ਕਿ ਇੱਦਾਂ ਕਿਉਂ ਕੀਤਾ ਗਿਆ, ਦੇਖਦੇ ਹਾਂ। ਜਿੱਥੇ ਹੁਣ ਅੱਜ ਭਗਵੰਤ ਮਾਨ ਨੇ ਵੱਡੇ ਸਵਾਲ ਜਿਹੜੇ ਆ ਉਹ ਚੁੱਕੇ ਨੇ ਕੇਂਦਰ ਸਰਕਾਰ ਦੇ ਉੱਤੇ ਕਿ ਅਸੀਂ ਤਾਂ ਤੁਹਾਡੀ ਸੋਚ ਦੇ ਮੁਤਾਬਕ ਹੀ ਡਿਜ਼ਾਈਨਸ ਭੇਜੇ, ਅਸੀਂ ਤਾਂ ਬਲਕਿ ਇੱਕ ਡਿਜ਼ਾਈਨ ਦੇ ਦੋ ਦੋ ਤੁਹਾਨੂੰ ਜਿਹੜੇ ਆ ਉਹ ਮਾਡਲ ਬਣਾ ਕੇ ਭੇਜੇ ਕਿ ਕਿਸੇ ਇੱਕ ਨੂੰ ਸਿਲੈਕਟ ਕਰ ਲਓ। ਬਾਵਜੂਦ ਇਸ ਦੇ ਕੇਂਦਰ ਸਰਕਾਰ ਨੇ ਪੰਜਾਬ ਦਾ ਇੱਕ ਵੀ ਜਿਹੜਾ ਮਾਡਲ ਹੈ ਉਹਨੂੰ ਸਿਲੈਕਟ ਨਹੀਂ ਕੀਤਾ। ਔਰ ਹਾਲਾਂਕਿ ਇਹਦੇ ਬਾਬਤ 3 ਜਨਵਰੀ ਨੂੰ ਹੀ ਮੁੱਖ ਮੰਤਰੀ ਮਾਨ ਹੋਣਾ ਨੇ ਇੱਕ ਚਿੱਠੀ ਲਿਖ ਕੇ ਕੇਂਦਰ ਨੂੰ ਕਿਹਾ ਸੀਗਾ ਕਿ ਸਾਨੂੰ ਤੁਸੀਂ ਅਗਲੇ ਆਉਣ ਵਾਲੇ 3 ਸਾਲਾਂ ਤੱਕ ਥਾਂ ਦਿਓ, ਪਰ ਬਾਵਜੂਦ ਇਸ ਦੇ ਜਿਹੜੀ ਪੰਜਾਬ ਦੀ ਝਾਕੀ ਆ ਉਹ ਇਸ ਸਾਲ ਵੀ 26 ਜਨਵਰੀ ਵਾਲੇ ਦਿਨ ਪਰੇਡ ਚੋਂ ਗਾਇਬ ਰਹੇਗੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।